ਇਹ ਨੇ ਆਸ਼ਾ ਬੇਨ, ਜੋ ਬਹੁਤ ਪਿਆਰ ਨਾਲ ਇਹਨਾਂ ਬਜ਼ੁਰਗਾਂ ਦੀ ਦੇਖਭਾਲ ਕਰਦੇ ਨੇ। ਉਹ ਬਜ਼ੁਰਗਾਂ ਦੇ ਪੈਰ ਧੋਂਦੇ ਨੇ, ਉਹਨਾਂ ਨੂੰ ਭੋਜਨ ਖਵਾਉਂਦੇ ਨੇ, ਉਹਨਾਂ ਲਈ ਅਖਬਾਰ ਲਿਆਉਂਦੇ ਨੇ ਅਤੇ ਉਹਨਾਂ ਨਾਲ ਸਮਾਂ ਬਿਤਾਉਂਦੇ ਨੇ। ਆਸ਼ਾ ਬੈਨ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਡੀਸਾ ਕਸਬੇ ਵਿੱਚ ਇੱਕ ਓਲਡ ਏਜ ਹੋਮ ਚਲਾਉਂਦੇ ਨੇ। ਉਹ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਨੇ। ਆਸ਼ਾ ਬੈਨ ਦੇ ਪਿਤਾ ਓਲਡ ਏਜ ਹੋਮ ਚਲਾਉਂਦੇ ਹੁੰਦੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੇ ਬਾਗਡੋਰ ਸੰਭਾਲੀ ਅਤੇ ਹੁਣ ਆਪਣਾ ਸਾਰਾ ਦਿਨ ਇੱਥੇ ਰਹਿ ਰਹੇ 15 ਬਜ਼ੁਰਗਾਂ ਦੀ ਸੇਵਾ ਵਿੱਚ ਬਿਤਾਉਂਦੇ ਨੇ। ਮੇਰੇ ਪਿਤਾ ਜੀ ਓਲਡ ਏਜ ਹੋਮ ਚਲਾਉਂਦੇ ਸਨ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਮੈਂ ਸਾਰਾ ਕੰਮ ਸੰਭਾਲ ਰਹੀ ਹਾਂ। ਉਹਨਾਂ ਨੇ ਇਸ ਥਾਂ ਦੀ ਸਥਾਪਨਾ 10 ਸਾਲ ਪਹਿਲਾਂ ਕੀਤੀ ਸੀ। ਪਹਿਲਾਂ ਇੱਥੇ 4-5 ਬਜ਼ੁਰਗ ਰਹਿੰਦੇ ਸਨ ਅਤੇ ਹੁਣ 20-25 ਬਜ਼ੁਰਗ ਇੱਥੇ ਰਹਿ ਰਹੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸਰੀਰਕ ਤੌਰ 'ਤੇ ਅਪਾਹਜ ਹਨ। ਮੈਂ ਉਹਨਾਂ ਨੂੰ ਨਹਾਉਣ ਵਿੱਚ ਮਦਦ ਕਰਦੀ ਹਾਂ ਅਤੇ ਖਾਣਾ ਵੀ ਖਵਾਉਂਦੀ ਹਾਂ। ਇਹਨਾਂ ਬਜ਼ੁਰਗਾਂ ਦੇ ਨਾ ਤਾਂ ਬੱਚੇ ਅਤੇ ਨਾ ਹੀ ਕੋਈ ਹੋਰ ਪਰਿਵਾਰਕ ਮੈਂਬਰ ਇੱਥੇ ਆਉਂਦਾ ਹੈ। ਮੇਰੇ ਕੋਲ ਬਹੁਤ ਸਾਰੀਆਂ ਯਾਦਾਂ ਹਨ ਅਤੇ ਇਹ ਬਜ਼ੁਰਗ ਮੇਰੀ ਜ਼ਿੰਦਗੀ ਹਨ। ਅਨੁਭਵ ਘਣਾ ਦਾ ਸਾਹਸ ਆ ਛੇ ਅਨੇ ਘਣੋ ਬਦੂ ਮਨੇ ਉਹ ਲਾਗੇ ਛੇ ਕਿ ਆ ਵੱਡੀ ਲੋਜ ਮਾਰੀ ਜ਼ਿੰਦਗੀ ਛੇ। ਜ਼ਿਆਦਾਤਰ ਬਜ਼ੁਰਗ ਉਹ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚਿਆਂ ਜਾਂ ਪਰਿਵਾਰਕ ਮੈਂਬਰਾਂ ਨੇ ਛੱਡ ਦਿੱਤਾ ਹੈ। ਉਹਨਾਂ ਦੀਆਂ ਅੱਖਾਂ ਵਿੱਚ ਦਰਦ ਸਾਫ਼ ਦੇਖਿਆ ਜਾ ਸਕਦਾ ਹੈ। ਬੱਚਿਆਂ ਦੀ ਪਰਵਰਿਸ਼ ਕਰਨ ਲਈ ਔਕੜਾਂ ਦਾ ਸਾਹਮਣਾ ਕਰਨਾ ਅਤੇ ਬਾਅਦ ਵਿੱਚ ਉਹਨਾਂ ਵੱਲੋਂ ਛੱਡੇ ਜਾਣ ਦਾ ਦਰਦ, ਇਹ ਕਾਰੋਬਾਰੀਆਂ, ਵਕੀਲਾਂ ਅਤੇ ਇੱਥੋਂ ਤੱਕ ਕਿ ਸਰਕਾਰੀ ਜੱਜਾਂ ਦੇ ਮਾਪੇ ਨੇ। ਕੋਈ ਮਹਿਸੂਸ ਕਰ ਸਕਦਾ ਹੈ ਕਿ ਇਹਨਾਂ ਬਜ਼ੁਰਗਾਂ ਦੀਆਂ ਅੱਖਾਂ ਕੁਝ ਲੱਭ ਰਹੀਆਂ ਨੇ? ਮੇਰਾ ਪੁੱਤਰ ਪੇਸ਼ੇ ਤੋਂ ਡਾਕਟਰ ਸੀ। ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਸਦੀ ਉਸ ਸਮੇਂ ਮੌਤ ਹੋ ਗਈ। ਮੇਰੇ ਦੋ ਪੋਤੇ ਪੋਤੀਆਂ ਹਨ ਪਰ ਉਹ ਮੈਨੂੰ ਰੱਖਣ ਲਈ ਤਿਆਰ ਨਹੀਂ ਹਨ ਅਤੇ ਇਸ ਲਈ ਮੈਂ ਇੱਥੇ ਆਇਆ ਹਾਂ। ਮੇਰਾ ਇੱਕ ਮੁੰਡਾ ਪਾਟਨ ਦੇ ਵਿੱਚ ਰਹਿੰਦਾ ਅਤੇ ਦੂਜਾ ਪੁੱਤਰ ਸੇਵਾ ਮੁਕਤ ਜੀਵਨ ਬਤੀਤ ਕਰ ਰਿਹਾ ਹੈ। ਮੇਰਾ ਵੱਡਾ ਪੁੱਤਰ ਮੈਨੂੰ ਮਿਲਣ ਆਉਂਦਾ ਹੈ। ਉਹ ਮੈਨੂੰ ਆਪਣੇ ਘਰ ਲਿਜਾਣ ਦਾ ਵਾਅਦਾ ਕਰਦਾ ਹੈ ਪਰ ਇਹ ਕਦੇ ਨਹੀਂ ਦੱਸਦਾ ਕਿ ਕਦੋਂ ਲੈ ਕੇ ਜਾਵੇਗਾ। ਜੇ ਉਸਨੇ ਮੈਨੂੰ ਆਪਣੇ ਨਾਲ ਲੈ ਕੇ ਜਾਣਾ ਸੀ ਤਾਂ ਮੈਨੂੰ ਇੱਥੇ ਛੱਡ ਕੇ ਕਿਉਂ ਜਾਂਦਾ? ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਇਹਨਾਂ ਬਜ਼ੁਰਗ ਵਿਅਕਤੀਆਂ ਨੂੰ ਉਹ ਨਿੱਘ ਮਿਲ ਰਿਹਾ ਹੈ ਜਿਸਦੀ ਉਹਨਾਂ ਨੂੰ ਲੋੜ ਹੈ।